ਅੱਜ ਮੈਂ ਬਹੁਤ ਖੁਸ਼ ਹਾਂ ਦੋਸਤੋ, ਕਿਉਂਕਿ ਅੱਜ ਤੁਹਾਡੇ ਆਪਣੇ ਚੈਨਲ ਆਇਲਸ ਜਰਨੀ 46 ਯੂਟਿਊਬ ਦੀ ਹੈਲਪ ਲੈ ਕੇ ਇੱਕ ਨਹੀਂ ਦੋ ਨਹੀਂ ਪੂਰੇ 3 ਬੱਚਿਆਂ ਨੇ ਆਇਲਸ ਦਾ ਬੈਂਡ ਸਕੋਰ ਲਿਆ ਅਤੇ ਸਕੋਰ ਮੇਰੇ ਹੱਥ 'ਚ ਆ। ਇਹ ਵੀਡੀਓ ਨੂੰ ਸਕਿੱਪ ਕਰਨ ਦੀ ਗਲਤੀ ਨਾ ਕਰਿਓ, ਕਿਉਂਕਿ ਫਿਰ ਮੈਨੂੰ ਨਾ ਆਖਿਓ ਕਿ ਸਰ ਸਾਨੂੰ ਮੋਟੀਵੇਸ਼ਨ ਨਹੀਂ ਮਿਲਦੀ। ਇਹਦੇ ਵਿੱਚ ਤੁਹਾਨੂੰ ਪੂਰੀ ਤਰੀਕੇ ਦੇ ਨਾਲ ਮੋਟੀਵੇਸ਼ਨ ਮਿਲੂਗੀ ਕਿ ਹਾਂ ਅਸੀਂ ਵੀ ਆਇਲਸ ਕਰ ਸਕਦੇ ਹਾਂ। ਸੋ ਇਹ ਰਿਜ਼ਲਟ ਆਏ ਕਿੱਥੋਂ ਪਹਿਲਾਂ ਮੈਂ ਦੱਸਦਾ। ਇੱਕ ਰਿਜ਼ਲਟ ਆ ਪਾਕਿਸਤਾਨ ਤੋਂ। ਹੁਣ ਤੁਸੀਂ ਆਪ ਵੇਖ ਲਓ ਕਿ ਤੁਹਾਡੀ ਹੈਲਪ ਦੇ ਨਾਲ ਆਪਣਾ ਚੈਨਲ ਕਿੱਥੋਂ ਤੱਕ ਜਿਹੜਾ ਉਹ ਰੀਚ ਕਰਦਾ ਪਿਆ ਹੈ। ਸੋ ਥੈਂਕ ਯੂ ਸੋ ਮੱਚ, ਬਟ ਸਬਸਕ੍ਰਾਈਬ ਵੀ ਕਰਦਾ ਕਰੋ ਚੈਨਲ ਨੂੰ ਜਿਹੜੇ ਨਵੇਂ ਵਿਊਅਰ ਆ, ਅਤੇ ਬੈਲ ਆਈਕਨ 'ਤੇ ਜ਼ਰੂਰ ਕਲਿੱਕ ਕਰਿਓ ਤਾਂ ਜੋ ਜਦੋਂ ਵੀ ਕੋਈ ਨਵੀਂ ਵੀਡੀਓ ਆਵੇ ਇਸ ਚੈਨਲ 'ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ। ਅਤੇ ਇੱਕ ਸਟੂਡੈਂਟ ਨੇ ਮੈਨੂੰ ਵੀਡੀਓ ਵੀ ਬਣਾ ਕੇ ਭੇਜੀ ਆ, ਉਹ ਪਾਕਿਸਤਾਨ ਤੋਂ ਆ। ਮੈਂ ਉਹ ਪਹਿਲਾਂ ਪਲੇ ਕਰਦਾ, ਤੁਸੀਂ ਸੁਣੋ ਵੇਖੋ ਕਿ ਉਹ ਕੀ ਕਹਿ ਰਹੇ ਆ। ਨਾ ਕੋਈ ਉਹਨਾਂ ਨੇ ਪਰਸਨਲ ਕਲਾਸਿਸ ਲਈਆਂ, ਅਤੇ ਰਾਈਟਿੰਗ 'ਚ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਸੀ। ਅਤੇ ਜਿਹੜੇ ਬੱਚੇ ਕਹਿੰਦੇ ਰਾਈਟਿੰਗ 'ਚੋਂ ਬੈਂਡ ਸਕੋਰ ਨਹੀਂ ਆਉਂਦੇ, ਰਾਈਟਿੰਗ 'ਚੋਂ 7 ਬੈਂਡ ਸਕੋਰ ਆ, ਉਹਨਾਂ ਦਾ TRF ਵੀ ਵਿਖਾਊਂਗਾ। ਬਟ ਸਭ ਤੋਂ ਪਹਿਲਾਂ ਉਹਨਾਂ ਦੀ ਵੀਡੀਓ ਵੇਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਇਹ ਕਿਸ ਤਰ੍ਹਾਂ ਦੀ ਲੱਗੀ। ਪੂਰੀ ਡਿਟੇਲ ਦੇ ਵਿੱਚ ਵੀਡੀਓ ਆ, ਸੋ ਪਲੀਜ਼ ਕਰਕੇ ਨਾ ਵੇਖਿਓ। ਸਭ ਤੋਂ ਪਹਿਲਾਂ ਉਹਨਾਂ ਦੀ ਵੀਡੀਓ ਵੇਖ ਲਓ, ਪਾਕਿਸਤਾਨ ਤੋਂ ਜਿਹੜੇ ਸਟੂਡੈਂਟ ਆ, ਉਹਨਾਂ ਦਾ ਨਾਮ ਆ ਅਹਿਮਦ ਤਾਰਿਕ। ਸੋ ਪਲੀਜ਼ ਵਾਚ ਦੈਟ ਵੀਡੀਓ ਫਸਟ। Hi everyone, I'm Ahmed Tariq from Islamabad, Pakistan. I would like to share my journey with all of you about my IELTS result. I got 7 band overall, and in writing it was 7, and in reading it was 6.5. The IELTS journey for the 6th channel, the channel owned by Mr. Brajil Singh, that helped me a lot getting overall 7 band. So I would like to recommend each of you to watch our videos to get tips and tricks that will help you a lot getting overall good band. Thank you. ਸੋ ਦੇਖਿਆ ਤੁਸੀਂ ਕਿਸ ਤਰ੍ਹਾਂ ਉਹਨਾਂ ਦੇ ਰਾਈਟਿੰਗ 'ਚ ਉਹਨਾਂ ਨੇ ਕਿਹਾ ਕਿ ਲਾਈਕ ਉਹਨਾਂ ਦਾ ਰਾਈਟਿੰਗ ਦਾ ਸਕੋਰ ਜਿਹੜਾ 6.5 ਸੀਗਾ, ਅਤੇ ਫਿਰ 7 ਬੈਂਡ ਸਕੋਰ ਉਹਨਾਂ ਨੇ ਰਾਈਟਿੰਗ 'ਚ ਲਏ ਆ। ਸੋ ਜਿਹੜੇ ਸਟੂਡੈਂਟ ਕਹਿੰਦੇ ਨਾ ਕਿ ਸਪੀਕਿੰਗ 'ਚੋਂ ਬੈਂਡ ਨਹੀਂ ਆਉਂਦੇ, ਰਾਈਟਿੰਗ 'ਚੋਂ ਨਹੀਂ ਆਉਂਦੇ, ਆਉਂਦੇ ਆ, ਬਟ ਜੇਕਰ ਤੁਸੀਂ ਸਹੀ ਤਰੀਕੇ ਨਾਲ ਟਿਪਸ ਨੂੰ ਫੋਲੋ ਕਰੋ, ਤਾਂ ਤੁਸੀਂ ਕੀ ਕਰਦੇ ਜੇ ਤੁਸੀਂ ਵੀਡੀਓਜ਼ ਨੂੰ ਦੇਖਦੇ ਜੇ, ਉਹਨੂੰ ਸਕਿੱਪ ਕਰਕੇ ਵੇਖਦੇ ਜੇ, ਜਿਹੜਾ ਪਾਰਟ ਇੰਪੋਰਟੈਂਟ ਹੁੰਦਾ ਉਹਨੂੰ ਤੁਸੀਂ ਮਿਸ ਕਰ ਜਾਂਦੇ ਜੇ, ਫਿਰ ਤੁਸੀਂ ਸੇਮ ਕੁਐਸਚਨ ਮੈਨੂੰ ਵਾਰ ਵਾਰ ਪੁੱਛਦੇ ਜੇ। ਚਲੋ ਐਨੀਵੇਜ਼, ਹੁਣ ਮੈਂ ਪਲੇਲਿਸਟ ਵੀ ਬਣਾਤੀ ਇਸ ਚੈਨਲ 'ਤੇ, ਆਇਲਸ ਜਰਨੀ 46 ਯੂਟਿਊਬ ਚੈਨਲ 'ਤੇ। ਸੋ ਪਲੇਲਿਸਟ ਦੇ ਵਿੱਚ ਜਿਹੜਾ ਤੁਹਾਨੂੰ ਪ੍ਰੋਬਲਮ ਆਉਂਦੀ ਕਿ ਵੀਡੀਓਜ਼ ਨਹੀਂ ਲੱਭਦੀ, ਉਹ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ, ਉਹ ਪ੍ਰੋਬਲਮ ਨਹੀਂ ਆਊਗੀ। ਸੋ ਗੱਲ ਕਰਦੇ ਹਾਂ ਆਪਾਂ ਸਭ ਤੋਂ ਪਹਿਲੇ ਰਿਜ਼ਲਟ ਦੀ, ਜਿਹੜੇ ਸਟੂਡੈਂਟ ਦੀ ਤੁਸੀਂ ਹੁਣੇ ਵੀਡੀਓ ਵੇਖੀ ਆ। ਸਭ ਤੋਂ ਪਹਿਲਾ ਰਿਜ਼ਲਟ ਆਪਣਾ ਪਾਕਿਸਤਾਨ ਤੋਂ। ਮੇਰੇ ਲਈ ਯਾਰ ਇਹ ਬਹੁਤ ਪ੍ਰਾਊਡ ਵਾਲੀ ਗੱਲ ਆ ਕਿ ਲਾਈਕ ਮੈਂ ਜਿਹੜਾ ਕੰਟੈਂਟ ਬਣਾਉਂਦਾ ਉਹਦੀ ਰੀਚ ਇੱਥੋਂ ਤੱਕ ਆ, ਅਤੇ ਉਹ ਸਾਰਾ ਕੁਝ ਤੁਹਾਡੇ ਕਰਕੇ ਆ, ਮੈਂ ਪਹਿਲਾਂ ਵੀ ਦੱਸਦਾ, ਠੀਕ ਆ। ਸੋ ਥੈਂਕ ਯੂ ਸੋ ਮੱਚ ਉਹਦੇ ਲਈ। ਸੋ ਸਭ ਤੋਂ ਪਹਿਲਾ ਰਿਜ਼ਲਟ ਹੈ ਆਪਣੇ ਕੋਲ ਅਹਿਮਦ ਤਾਰਿਕ ਇਸਲਾਮਾਬਾਦ ਤੋਂ ਆ। ਲਿਸਨਿੰਗ 'ਚੋਂ ਤੁਸੀਂ ਵੇਖ ਸਕਦੇ ਜੇ 7 ਬੈਂਡ ਸਕੋਰ, ਰੀਡਿੰਗ 'ਚੋਂ 6.5 ਐਂਡ ਰਾਈਟਿੰਗ 7 ਬੈਂਡ। ਜਿਹੜੇ ਬੱਚੇ ਕਹਿੰਦੇ ਨਾ ਰਾਈਟਿੰਗ 'ਚੋਂ ਬੈਂਡ ਨਹੀਂ ਆਉਂਦੇ, ਉਹ ਆ ਰਿਜ਼ਲਟ ਜ਼ਰੂਰ ਵੇਖ ਲਿਓ। ਹੁਣ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਕਈ ਬੱਚੇ ਨਾ ਵਿੱਚ ਕਮੈਂਟ ਕਰ ਦੇਣ, ਲੈ ਤੁਸੀਂ ਤਾਂ ਸਰ ਫੋਟੋ ਸਟੇਟ ਐਵੇਂ ਕਢਵਾ ਕੇ ਅੱਗੇ ਰਿਜ਼ਲਟ ਵਿਖਾਈ ਜਾਂਦੇ, ਠੀਕ ਆ। ਸੋ ਕਈਆਂ ਨੂੰ ਐਂ ਲੱਗਦਾ ਕਿ ਆਪਾਂ ਚੈਨਲ ਦੇ ਵਿਊਜ਼ ਲੈਣ ਲਈ ਇਹ ਚੀਜ਼ ਕਰਦੇ ਹਾਂ, ਹੁਣ ਵੀਡੀਓ ਵੇਖ ਲਈ ਹੁਣ ਤੁਹਾਨੂੰ ਯਕੀਨ ਆ ਜਾਊਗਾ, ਹੈ ਨਾ। ਸੋ ਲਾਸਟ ਆਪਣਾ ਸਪੀਕਿੰਗ 'ਚੋਂ 7 ਬੈਂਡ ਸਕੋਰ। ਸੋ ਓਵਰਆਲ ਬੈਂਡ ਸਕੋਰ ਕੀ ਇਹਨਾਂ ਦਾ? 7। ਸੋ ਆਈ ਥਿੰਕ ਇਹ ਬੈਂਡ ਸਕੋਰ ਬਹੁਤ ਵਧੀਆ ਆ। ਵੀਡੀਓਜ਼ ਵੇਖ ਕੇ ਬੈਂਡ ਲੈ ਲੈਣਾ, ਆਈ ਥਿੰਕ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਅਚੀਵਮੈਂਟ ਆ। ਸੋ ਇਹ ਸਰ ਦੀ ਮੇਰੇ ਨਾਲ ਵਟਸਐਪ 'ਤੇ ਗੱਲ ਵੀ ਹੋਈ, ਬਹੁਤ ਵਧੀਆ ਲੱਗਾ ਉਹਨਾਂ ਨੂੰ। ਉਹਨੇ ਕਿਹਾ ਮੈਂ ਸਰ ਤੁਹਾਡਾ ਚੈਨਲ ਵੀ ਅੱਗੇ ਸ਼ੇਅਰ ਕਰਵਾਇਆ ਸਾਰਿਆਂ ਨੂੰ। ਸੋ ਪਲੀਜ਼ ਤੁਸੀਂ ਵੀ ਇਸ ਚੈਨਲ ਨੂੰ ਜ਼ਰੂਰ ਸ਼ੇਅਰ ਕਰਿਓ, ਠੀਕ ਆ। ਸੈਕਿੰਡ ਰਿਜ਼ਲਟ ਆਇਆ ਜੀ ਆਪਣੇ ਕੋਲ, ਇਹ ਐਕੇਡੈਮਿਕ ਸਟੂਡੈਂਟ ਆ, ਇਹਦਾ ਨਾਮ ਆ ਹਰਸ਼ਦੀਪ ਮਹਿਮੀ, ਠੀਕ ਆ, ਹਰਸ਼ਦੀਪ ਮਹਿਮੀ। ਫਸਟ ਰਿਜ਼ਲਟ ਜਿਹੜਾ ਇਹਨਾਂ ਦਾ ਲਿਸਨਿੰਗ 'ਚ, ਉਹ 7.5 ਸਕੋਰ ਦੀ ਵੇਖ ਸਕਦੇ ਜੇ ਕਿਸੇ ਦੇ 7 ਜਾਂ 7.5 ਤੋਂ ਘੱਟ ਨਹੀਂ ਆਉਂਦੇ ਪਏ। ਰੀਡਿੰਗ 'ਚ ਹੈ 7, ਰਾਈਟਿੰਗ 'ਚ ਹੈ 6 ਅਤੇ ਸਪੀਕਿੰਗ 'ਚ ਵੀ ਆ 6। ਓਵਰਆਲ ਕਿੰਨੇ ਆ? 6.5।
ਸੋ ਤੁਸੀਂ ਵੀ ਇਹ ਬੈਂਡ ਸਕੋਰ ਲੈ ਸਕਦੇ ਜੇ। ਇਹ ਸਰ ਨੇ ਵੀ ਆਖਿਆ ਸੀਗਾ ਕਿ ਸਰ ਮੈਨੂੰ ਐਂ ਲੱਗਦਾ ਕਿ ਆਇਲਸ ਬਹੁਤ ਜ਼ਿਆਦਾ ਟਫ ਆ, ਮੈਂ ਨਹੀਂ ਕਰ ਸਕਦਾ, ਬਟ ਜਿਹੜੀਆਂ ਟਿਪਸ ਮੈਂ ਲਿਸਨਿੰਗ ਰੀਡਿੰਗ ਦੇ ਵਿੱਚ ਦਿੰਦਾ ਨਾ, ਜੇਕਰ ਤੁਸੀਂ ਉਹ ਸਹੀ ਤਰੀਕੇ ਨਾਲ ਵੇਖ ਲਓ ਨਾ, ਇਸ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਉਹਨਾਂ ਦੇ ਲਿੰਕ ਵੀ ਮਿਲ ਜਾਣਗੇ, ਪੋਪਅਪ ਮੈਨਿਊ ਆਜੂਗਾ, ਉੱਥੇ ਕਲਿੱਕ ਕਰਕੇ ਵੀਡੀਓਸ 'ਤੇ ਹੀ ਵੇਖ ਸਕਦੇ ਜੇ, ਲਿਸਨਿੰਗ ਅਤੇ ਰੀਡਿੰਗ। ਅਤੇ ਜਿਹੜਾ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਤੁਹਾਨੂੰ ਉਹ ਟਿਪਸ ਦੀ ਪ੍ਰੋਬਲਮ ਕਿ ਸਰ ਸਾਨੂੰ ਪਲੇਲਿਸਟ 'ਚ ਵੀਡੀਓਜ਼ ਨਹੀਂ ਮਿਲਦੀਆਂ, ਉਹ ਵੀ ਬਣਾਤੀ ਹੈ ਤੁਹਾਡਾ, ਉਹ ਵੀ ਜਿਹੜਾ ਮੈਂ ਜਿਹੜਾ ਚੱਕਰ ਹੈ ਉਹ ਦੂਰ ਕਰ ਦਿੱਤਾ। ਸੋ ਪਲੀਜ਼ ਤੁਸੀਂ ਉਹ ਜਾ ਕੇ ਵੀਡੀਓ ਜ਼ਰੂਰ ਵੇਖਿਓ, ਅਤੇ ਚੈਨਲ 'ਤੇ ਹਰੇਕ ਵੀਡੀਓ ਦੇ ਵਿੱਚ ਤੁਹਾਨੂੰ ਕੋਈ 10-15 ਮਿੰਟ ਤੋਂ ਵੱਧ ਵੀਡੀਓ ਨਹੀਂ ਹੈਗੀ, ਅਤੇ ਅਗਲਾ ਰਿਜ਼ਲਟ ਤੁਸੀਂ ਵੀ ਇਸ ਤਰ੍ਹਾਂ ਲੈ ਸਕਦੇ ਹੋ ਆਪਣਾ। ਸੋ ਓਵਰਆਲ ਕਿੰਨਾ ਸਕੋਰ ਆ? 6.5। ਉਹ ਤੋਂ ਬਾਅਦ ਆ ਜੀ ਆਪਾਂ ਇੱਕ ਹੋਰ ਸਟੂਡੈਂਟ ਆ, ਇਹ ਜਨਰਲ ਦਾ ਸਟੂਡੈਂਟ ਆ, ਲਿਸਨਿੰਗ 'ਚੋਂ 7.5, ਰੀਡਿੰਗ 'ਚੋਂ 6 ਆ, ਰਾਈਟਿੰਗ 'ਚੋਂ 6 ਆ, ਸਪੀਕਿੰਗ 'ਚੋਂ 6 ਆ। ਓਵਰਆਲ ਇਹਨਾਂ ਨੂੰ 5.5 ਹੀ ਚਾਹੀਦੇ, ਪਰ ਆਏ ਕਿੰਨੇ ਆ? 6.5। ਸੋ ਇਹ ਮੇਰੇ ਕੋਲ ਅੱਜ 3 ਰਿਜ਼ਲਟ ਸੀ, ਇਹ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੂੰ ਐਂ ਲੱਗਦਾ ਕਿ ਆਇਲਸ ਪਤਾ ਨਹੀਂ ਕੀ ਚੀਜ਼ ਆ, ਆਇਲਸ ਅਸੀਂ ਕਰ ਨਹੀਂ ਸਕਦੇ। ਸੋ ਮੇਰੀ ਇੱਕੋ ਇੱਕ ਸਲਾਹ ਆ ਤੁਹਾਨੂੰ ਕਿ ਨਾ ਇੰਨੇ ਆਪਣੇ ਪੈਸੇ ਬਰਬਾਦ ਕਰੋ, ਕਿਉਂਕਿ ਹਰੇਕ ਚੈਨਲ 'ਤੇ ਨਾ ਕੋਈ ਮਸਾਲਾ ਲਾ ਕੇ ਆਉਣਾ ਚਾਹੁੰਦਾ ਆ ਕਿ ਦੇਖੀਏ ਜਾਂ ਹਿੰਦੀ 'ਚ ਬੋਲ ਕੇ ਜਾਂ ਇਹ ਵੇਖੋ ਅਸੀਂ ਮਤਲਬ ਆਹ ਕਰ ਦਿੱਤਾ, ਮਤਲਬ ਉਹ ਚੀਜ਼ ਮੈਨੂੰ ਨਹੀਂ ਸਮਝ 'ਚ ਆਉਂਦੀ ਕਿ 8 ਬੈਂਡ ਲੈਣ ਵਾਸਤੇ ਆਪਾਂ ਨੂੰ ਆਹ ਕਰਨਾ ਚਾਹੀਦਾ। ਸੋ ਮੈਂ ਇਹ ਚੀਜ਼ ਤੁਹਾਨੂੰ ਕਹੂੰਗਾ ਕਿ ਜੇਕਰ ਤੁਸੀਂ ਆਇਲਸ ਕਲੀਅਰ ਕਰਨੀ ਹੈ ਨਾ, ਤਾਂ ਇੱਕ ਚੀਜ਼ ਮੈਂ ਤੁਹਾਨੂੰ ਇਸ਼ੋਰਿਟੀ ਦੇ ਦਿੰਦਾ ਹਾਂ, ਜੇਕਰ ਤੁਸੀਂ ਮੇਰੀਆਂ ਟਿਪਸ ਫੋਲੋ ਕਰੋਗੇ ਨਾ ਅਤੇ ਓਨੈਸਟੀ ਦੇ ਨਾਲ ਕਰੋਗੇ, ਫਿਰ ਤਾਂ ਤੁਹਾਨੂੰ ਆਇਲਸ 'ਚੋਂ ਕੋਈ ਬੈਂਡ ਲੈਣ ਤੋਂ ਰੋਕ ਨਹੀਂ ਸਕਦਾ। ਬਟ ਜੇਕਰ ਤੁਸੀਂ ਕੀ ਕਰੋਗੇ ਕਿ ਸੇਮ ਕੁਐਸਚਨ ਮੈਨੂੰ ਵਾਰ ਵਾਰ ਪੁੱਛੀ ਜਾਓਗੇ ਅਤੇ ਇੱਕੋ ਚੀਜ਼ 'ਤੇ ਮੈਂ ਵੀਡੀਓ ਵਾਰ ਵਾਰ ਬਣਾਵਾਂ, ਉਹ ਫਿਰ ਐਂ ਲੱਗਦਾ ਕਿ ਰਿਪੀਟ ਕੰਟੈਂਟ ਹੀ ਬਣਾਈ ਜਾਂਦੇ, ਸਾਡੇ ਕੋਲ ਕੋਈ ਕੰਟੈਂਟ ਨਹੀਂ ਹੈਗਾ। ਸੋ ਉਹ ਚੀਜ਼ ਮੈਂ ਕਰਨਾ ਨਹੀਂ ਚਾਹੁੰਦਾ। ਰਿਜ਼ਲਟ ਇਸ ਕਰਕੇ ਤੁਹਾਨੂੰ ਵਿਖਾਉਣਾ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਸਕੋਰ ਲੈਣਾ ਆਇਲਸ 'ਚੋਂ ਕੋਈ ਔਖੀ ਗੱਲ ਨਹੀਂ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ 2 ਰਿਜ਼ਲਟ ਹੋਰ ਵਿਖਾਊਂਗਾ, ਉਹ ਬੱਚਿਆਂ ਦਾ ਰਿਜ਼ਲਟ ਆ ਗਿਆ ਹੋਇਆ, ਬਟ TRF ਉਹਨਾਂ ਦੇ ਹਜੇ ਤੱਕ ਜਿਹੜੇ ਅਪਡੇਟ ਨਹੀਂ ਹੋਏ। ਤੁਹਾਨੂੰ ਪਤਾ ਕਿ ਜਦੋਂ IDP ਰਿਜ਼ਲਟ ਜਿਹੜਾ ਡਿਕਲੇਅਰ ਕਰਦੇ ਆ, ਉਸ ਤੋਂ ਬਾਅਦ ਉਹ 7-8 ਦਿਨਾਂ ਬਾਅਦ ਜਿਹੜਾ ਤੁਹਾਨੂੰ TRF ਜਿਹੜਾ ਉਹ ਮਿਲਦਾ ਆ, ਜਾਂ 3-4 ਦਿਨ ਲੱਗ ਜਾਂਦੇ ਆ। ਸੋ 2 ਰਿਜ਼ਲਟ ਹੋਰ ਲੈ ਕੇ ਆਊਂਗਾ। ਸੋ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਅਤੇ ਮੋਟੀਵੇਸ਼ਨਲ ਵੀਡੀਓਸ ਇਸ ਚੈਨਲ 'ਤੇ ਆਉਂਦੀਆਂ ਰਹਿੰਦੀਆਂ ਵਾ। ਸੋ ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਮੇਰਾ ਜਿਹੜਾ ਮੇਨ ਮੋਟਿਵ ਇਹ ਹੁੰਦਾ ਆ ਕਿ ਤੁਹਾਨੂੰ ਮੋਟੀਵੇਟ ਕਰਨਾ, ਤੁਹਾਨੂੰ ਲਾਈਕ ਇਨਕਰੇਜ ਕਰਨਾ ਕਿ ਹਾਂ ਯਾਰ ਤੁਸੀਂ ਵੀ ਇਹ ਚੀਜ਼ ਕਰ ਸਕਦੇ ਜੇ। ਬਟ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਨਹੀਂ ਸਰ ਇਹ ਕਿੱਥੇ ਹੋਣੀ, ਅਸੀਂ PT ਕਰ ਲੈਂਦੇ ਹਾਂ, ਅਤੇ ਜਿਹੜਾ ਦਿਮਾਗ ਦੇ ਵਿੱਚ ਇਹ ਚੀਜ਼ ਸੋਚ ਕੇ ਬਹਿ ਗਿਆ ਉਹਨੂੰ ਫਿਰ ਮੈਂ ਚੇਂਜ ਨਹੀਂ ਕਰ ਸਕਦਾ, ਠੀਕ ਆ। ਸੋ ਪਲੀਜ਼ ਮੇਰੀ ਤਾਂ ਇੱਕੋ ਰਿਕੁਐਸਟ ਆ ਕਿ ਜੇਕਰ ਤੁਸੀਂ ਆਪਣੇ ਪੈਸੇ ਬਚਾਉਣੇ ਆ, ਵੱਧ ਤੋਂ ਵੱਧ ਇਸ ਚੈਨਲ ਦੇ ਨਾਲ ਜੁੜੋ, ਇਸ ਚੈਨਲ 'ਤੇ ਵੀਡੀਓਜ਼ ਵੇਖੋ, ਤੁਹਾਨੂੰ ਕੋਈ ਵੀ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਮਿਲਣਗੀਆਂ, ਸਿੰਪਲ ਟਿਪਸ ਮਿਲਣਗੀਆਂ, ਘਰੇ ਬਹਿ ਕੇ ਤਿਆਰੀ ਕਰ ਸਕਦੇ ਜੇ। ਪਲੈਨ ਦੀ ਗੱਲ ਕਰਦੇ ਜੇ, ਸਟੱਡੀ ਪਲੈਨ ਦਾ ਉਹ ਮੈਂ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ, ਹਰ ਇੱਕ ਚੀਜ਼ ਤੁਹਾਨੂੰ ਇਸ ਚੈਨਲ 'ਤੇ ਮਿਲ ਜੂਗੀ। ਸੋ ਪਲੀਜ਼ ਸਬਸਕ੍ਰਾਈਬ, ਸ਼ੇਅਰ ਐਂਡ ਕਮੈਂਟ ਔਨ ਦਿਸ ਚੈਨਲ। ਥੈਂਕ ਯੂ ਵੈਰੀ ਮੱਚ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਅਤੇ ਹਾਂ, ਅਗਲੀ ਵੀਡੀਓ ਕਿਤੇ ਹੋਣੀ ਚਾਹੀਦੀ ਉਹ ਜ਼ਰੂਰ ਦੱਸਿਓ ਜੀ। Can't keep